ਦੇਸ਼ ਤੋਂ ਵਿਆਹ ਸਮਾਗਮ ਵਿੱਚ ਆਈ ਮਹਿਲਾ ਦੇ ਪਾਸ ਚੋਂ ਦੋ ਛਾਤਰ ਮਹਿਲਾਵਾਂ ਨੇ 53,000 ਦੀ ਨਗਦੀ ਚੋਰੀ ਕਰਕੇ ਫਰਾਰ ਹੋ ਗਈਆਂ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀ ਕੈਮਰਿਆਂ ਵਿੱਚ ਕੈਦ ਹੋ ਗਈ। ਅਪਰਾ ਦੇ ਬਾਜ਼ਾਰ ਵਿੱਚ ਹੋਈ ਇਸ ਘਟਨਾ ਕਾਰਨ ਪ੍ਰਵਾਸੀ ਮਹਿਲਾ ਨੇ ਇਸ ਦੀ ਸ਼ਿਕਾਇਤ ਚੌਂਕੀ ਅਪਰਾ ਨੂੰ ਦਿੱਤੀ। ਜਾਣਕਾਰੀ ਦਿੰਦੇ ਹੋਏ ਪ੍ਰਵਾਸੀ ਭਾਰਤੀ ਮਹਿਲਾ ਜਸਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਇੰਗਲੈਂਡ ਵਾਸੀ ਹਰਪਿੰਡ ਭਾ ਸਿੰਘ ਪੁੰਨੇ ਦੱਸਿਆ ਕਿ ਉਹ ਆਪ ਇੰਗਲੈਂਡ ਤੋਂ ਆਈ ਭੈਣ ਅਤੇ ਨੂੰਹ ਨੂੰ ਨਾਲ ਲੈ ਕੇ ਅਪਰਾ ਦੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਲਈ ਗਈ ਸੀ। ਪਹਿਲਾਂ ਉਸਨੇ ਇੱਕ ਵੈਸਟਰਨ ਯੂਨੀਅਨ ਤੋਂ ਵਿਦੇਸ਼ੀ ਕਰੰਸੀ ਐਕਸਚੇਂਜ ਕਰਾਈ ਅਤੇ ਭਾਰਤੀ ਕਰੰਸੀ ਆਪਣੇ ਹੈਂਡ ਬੈਗ ਵਿੱਚ ਪਾ ਲਈ। ਕੁਝ ਸਮੇਂ ਬਾਅਦ ਉਹ ਇੱਕ ਫਰੂਟ ਵੇਅਰ ਦੀ ਦੁਕਾਨ ਵਿੱਚ ਖਰੀਦਦਾਰੀ ਕਰਨ ਪਹੁੰਚ ਗਈ। ਦੁਕਾਨ ਅੰਦਰ ਦਾਖਲ ਹੋਣ ਤੋਂ ਕੁਝ ਸਮਾਂ ਬਾਅਦ ਉਹਨਾਂ ਨੇ ਦੇਖਿਆ ਕਿ ਉਸਦੇ ਪਾਸ ਵਿੱਚੋਂ 53,000 ਦੀ ਨਗਦੀ ਗਾਇਬ ਸੀ। ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾ ਕੇ ਦੇਖਿਆ ਗਿਆ ਤਾਂ ਉਹ ਹੈਰਾਨ ਸਨ ਕਿ ਦੋ ਛਾਤਰ ਮਹਿਲਾਵਾਂ ਨੇ ਉਹਨਾਂ ਦੇ ਹੈਂਡ ਬੈਗ ਵਿੱਚੋਂ 53,000 ਰੁਪਏ ਦੀ ਨਗਦੀ ਚੋਰੀ ਕੀਤੀ। ਪ੍ਰਵਾਸੀ ਭਾਰਤੀ ਮਹਿਲਾ ਸਤਨਾਮ ਕੌਰ ਨੇ ਪੰਜਾਬ ਦੇ ਚੱਲ ਰਹੇ ਮੌਜੂਦੇ ਹਾਲਾਤਾਂ ਕਰਕੇ ਉਹਨਾਂ ਦਾ ਮਨ ਨਹੀਂ ਕਰਦਾ ਸੀ ਪੰਜਾਬ ਆਉਣ ਨੂੰ। ਉਹਨਾਂ ਨੇ ਪੁਲਿਸ ਪਾਸੋਂ ਮੰਗ ਕੀਤੀ ਹੈ ਕਿ ਛਾਤਰ ਚੋਰ ਮਹਿਲਾਵਾਂ ਦੀ ਭਾਲ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮਾਮਲੇ ਸੰਬੰਧੀ ਆਈ ਓ ਚਮਨ ਲਾਲ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਮਹਿਲਾ ਦੀ ਪਹਿਚਾਣ ਕਰਕੇ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਫਲੋਰ ਤੋਂ ਰਾਜਕੁਮਾਰ ਲੰਗਰ ਦੀ ਖਾਸ ਰਿਪੋਰਟ। ਲਿੰਕ ਨੂੰ ਲਾਈਕ ਤੇ ਮੇਰਾ ਨਾਮ ਜਸਵਿੰਦਰ ਆ। ਤਾਂ ਅਸੀਂ ਪੈਸੇ ਕਢਾਏ ਵੈਸਟ ਯੂਨੀਅਨ ਦੇ ਵਿੱਚੋਂ, ਅਸੀਂ ਸ਼ੂ ਸ਼ੋਪ ਦੇ ਵਿੱਚ ਜੁੱਤੀਆਂ ਦੁਕਾਨ ਵਿੱਚ, ਅਸੀਂ ਅੰਦਰ ਵੜੇ ਨਾ, ਸਾਡੇ ਦੋ ਲੇਡੀਜ਼ ਅੰਦਰ ਗਈਆਂ, ਜਿੱਦਾਂ ਬਹੁਤ ਜ਼ਿਆਦਾ ਨਾਲ ਲੱਗ ਕੇ ਜੇ ਜਿੱਦਾਂ ਘਿਸਰ ਕੇ ਜੀਆਂ, ਇਹ ਮੇਰੀ ਭੈਣ ਤੇ ਮੇਰੀ ਸਾਡੀ ਨੂੰਹ ਅੱਗੇ ਲੰਘ ਗਈ ਸ਼ੋਪ ਦੁਕਾਨ ਦੇ ਵਿੱਚ। ਫਿਰ ਮੈਂ ਉਸ ਵੇਲੇ ਸੋਚ ਵਿਚਾਰ ਰਸ਼ ਆ ਥੋੜ੍ਹੀ ਸ਼ੋਪ ਤਾਂ ਹੀ ਇੱਦਾਂ ਆ, ਪਰ ਮੈਂ ਉਦੋਂ ਮੈਂ ਨੋਟਿਸ ਨਹੀਂ ਲਿਆ, ਮੈਂ ਜਾ ਬੈਠੀ ਬੈਠੀ ਜਾ ਕੇ ਦੇਖੀ ਕਿ ਮੇਰੀ ਬੈਗ ਦੀ ਜਿੱਪ ਖੁੱਲੀ ਹੋਈ ਆ। ਫਿਰ ਮੈਂ ਇਹਨਾਂ ਦੱਸਿਆ, ਮੈਂ ਕਿ ਮੇਰੇ ਤੋਂ ਚੋਰੀ ਹੋ ਗਏ ਪੈਸੇ ਚ ਕੱਢ ਕੇ ਲੈ ਗਏ ਸਾਰੇ, 53,000 ਸੀਗਾ। ਪਾਲੇ ਹੋਏ ਸੀਗੇ ਉਹ ਬਚ ਗਏ ਆ। ਹਾਂਜੀ, 53,000 ਤੁਹਾਡਾ ਚੋਰੀ ਹੋਇਆ ਜੀ। ਕੀ ਕਹਿਣਾ ਚਾਹੁੰਦੇ?
ਕਹਿਣਾ ਚਾਹੁੰਦੇ ਕਿ ਸਾਡੇ ਤਾਂ ਇਹਦਾ ਕਦੇ ਦਰਜ ਹੁੰਦਾ ਨੀ, ਇਹਦਾ ਕਦੇ ਇਹਦਾ ਹੋ ਸਕਦਾ, ਅਸੀਂ ਤਾਂ ਹੌਲੀ ਟਿਕਾਣ ਆਉਂਦੇ ਇੱਥੇ ਨਾ। ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ? ਪ੍ਰਸ਼ਾਸਨ ਇਹ ਕਹਿਣਾ ਚਾਹੁੰਦੇ ਵੀ ਪ੍ਰਸ਼ਾਸਨ ਸਾਰਾ ਇੱਦਾਂ ਦੇ ਬੰਦਿਆਂ ਨੂੰ ਫੜ ਕੇ ਨਾ ਜਿਹੜਾ ਡੱਕਣਾ ਚਾਹੀਦਾ, ਸਖ਼ਤ ਸਖ਼ਤ ਸਜ਼ਾ ਦੇਣੀ ਚਾਹੀਦੀ ਆ ਜਿਹੜੇ ਕਿਸੇ ਹੋਰ ਦਾ ਨੁਕਸਾਨ ਨਾ ਕਰਨ, ਹੈ ਨਾ। ਹਾਂਜੀ, ਹੁਣ ਕਈ ਵਿਚਾਰਿਆਂ ਨਾਲ ਏਦਾਂ ਕਈਆਂ ਏਦਾਂ ਹੋ ਜਾਂਦਾ, ਕਈ ਨੂੰ ਅਟੈਕ ਹੀ ਆ ਜਾਂਦਾ ਉਸ ਵੇਲੇ, ਹੈ ਨਾ। ਹਾਂਜੀ ਹਾਂਜੀ, ਮੇਰਾ ਨਾਮ ਸਤਨਾਮ ਕੌਰ ਆ, ਮੈਂ ਕੱਲ ਇੰਗਲੈਂਡ ਤੋਂ ਆਈ ਹਾਂ ਹੋਲੀਡੇ ਕਰਨ, ਤਾਂ ਅਸੀਂ ਅੱਜ ਗਏ ਸੀਗੇ ਸ਼ੋਪਿੰਗ ਕਰਨ, ਪੈਸੇ ਕਢਾਏ, ਤਾਂ ਅਸੀਂ ਜੁੱਤੀਆਂ ਵਾਲੀ ਸ਼ੋਪ ਤੇ ਗਏ, ਤਾਂ ਉਹ ਮੇਰੇ ਸਿਸਟਰ ਹੁਣੀ ਕਹਿਣ ਲੱਗੇ ਕਿ ਬਈ ਮੇਰੀ ਤਾਂ ਚੋਰੀ ਹੋ ਗਈ ਇੱਕਦਮ, ਹੈ ਨਾ। ਇੱਕ ਤਾਂ ਸਾਨੂੰ ਸੁਣ ਕੇ ਵੀ ਘਬਰਾਹਟ ਹੁੰਦੀ ਆ ਕਿ ਉੱਥੇ ਸਾਰੇ ਦਿਸਦੇ ਵੀ ਸਾਰੇ ਲੇਡੀ ਸੀਗੀਆਂ, ਤਾਂ ਫਿਰ ਅਸੀਂ ਤਾਂ ਸਾਨੂੰ ਉਦੋਂ ਪਹਿਲਾਂ ਤਾਂ ਪਤਾ ਨੀ ਲੱਗਾ, ਤੇ ਫਿਰ ਹੁਣ ਮੈਂ ਇਹੀ ਕਹਿਣਾ ਚਾਹੁੰਦੀ ਕਿ ਬਈ ਤੁਸੀਂ ਆਪਣੇ ਦੇਸ਼ ਚ ਆਉਂਦੇ ਆ, ਅਸੀਂ ਆਪਣੇ ਹਾਰਡ ਵਰਕਿੰਗ ਕਮਾਈ ਕਰਕੇ ਲੈ ਕੇ ਆਉਂਦੇ, ਅਸੀਂ ਹੋਲੀਡੇ ਕਰਨ ਆਏ ਆ, ਆਪਣੀ ਫੈਮਿਲੀ ਨੂੰ ਮਿਲਣ ਆਏ ਆ, ਕਿ ਵੀ ਇਹ ਕਿੱਦਾਂ ਦਾ ਕੰਟਰੀ ਹੋ ਗਿਆ ਕਿ ਬਈ ਜਿਹੜੇ ਲੇਡੀਜ਼ ਵੀ ਉੱਠ ਉੱਠ ਕੇ, ਹਨਾ, ਉਹ ਵੀ ਸਿਆਣੇ ਏਦਾਂ ਵੀ ਨਹੀਂ ਨਿਆਣਿਆਂ ਲੱਗਦੀਆਂ ਆ, ਕਿ ਵੀ ਤੁਹਾਡੇ ਉਹ ਪੈਸੇ ਕੱਢ ਕੱਢ ਕੇ ਲੈ ਕੇ ਜਾਣ, ਹਨਾ। ਫਿਰ ਗਾਂਹ ਨੂੰ ਆਪਣੇ ਬੱਚਿਆਂ ਨੂੰ ਕੀ ਸਿਖਾਓਗੇ, ਸਾਡੇ ਬੱਚੇ ਕਿੱਦਾਂ ਇੱਥੇ ਇੰਗਲੈਂਡ ਇੰਗਲੈਂਡ ਤੋਂ ਇੱਥੇ ਆਓਗੇ ਆਪਣੇ ਦੇਸ਼ ਦੇਖਣ ਨੂੰ, ਬਈ ਕੀ ਸਿੱਖੂਗਾ ਇੱਦਾਂ, ਜੇ ਅਸੀਂ ਆ ਜਾ ਕੇ ਉਹਨਾਂ ਨੂੰ ਦੱਸਦੇ ਵੀ ਇੱਦਾਂ ਹੋ ਗਿਆ, ਤਾਂ ਫਿਰ ਅਸੀਂ ਸਾਨੂੰ ਕਾਫੀ ਸ਼ੌਕ ਲੱਗੀ ਕਿ ਬਈ ਇੱਦਾਂ ਵੀ ਹੋ ਸਕਦਾ, ਹਨਾ, ਕਿ ਵਾਧੂ ਦੀ ਪਰੇਸ਼ਾਨੀ ਆ, ਕਿ ਬਈ ਤੁਹਾਡੇ ਇੱਦਾਂ ਵੀ ਨੀ ਹੈਗਾ ਕਿ ਬਈ ਥੋੜੇ ਜਿਹੇ ਪੈਸੇ ਆ ਕੱਢ ਕੇ ਲੈ ਗਏ, ਕਿੰਨੇ ਪੈਸੇ ਕੱਢ ਕੇ ਲੈ ਗਏ, ਉਹਨਾਂ ਨੂੰ ਕੋਈ ਫਰਕ ਨੀ ਪੈਂਦਾ, ਹਨਾ। ਫਿਰ ਪਰ ਨਾਈਸ ਨੇ, ਮੈਂ ਕਹਿੰਦੀ ਤੁਸੀਂ ਉਹਨਾਂ ਨੂੰ ਲੱਭੋ ਕਰਕੇ, ਉਹ ਵੀ ਕੁਛ ਸਲਾਹ ਦਿੱਤੀ। ਹਾਂਜੀ, ਪ੍ਰਸ਼ਾਸਨ ਨੂੰ ਸੂਚਨਾ ਦੇ ਦਿੱਤੀ। ਹਾਂਜੀ ਹਾਂਜੀ, ਤੁਹਾਡੇ ਬੱਚੇ ਇੱਦਾਂ ਕਰਨ, ਤੁਸੀਂ ਉਹਨਾਂ ਨੂੰ ਕੀ ਸਿਖਾਓਗੇ, ਹਨਾ। ਵੀ ਤੁਸੀਂ ਜਿਹੜੀਆਂ ਲੇਡੀਜ਼ ਹੋ ਕੇ, ਤੁਸੀਂ ਬਈ ਇੱਦਾਂ ਨੀ ਵੀ ਤੁਹਾਨੂੰ ਕੋਈ ਪਰੇਸ਼ਾਨੀ, ਕੋਈ ਸ਼ਰਾਬ ਦੀ ਕੋਈ ਵੀ, ਹਨਾ, ਵੀ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਗਾਂ ਨੂੰ ਕੀ ਸਿਖਾਓਗੇ, ਜਿਹੜਾ ਉਹ ਇੰਨੇ ਐਕਸਪੀਰੀਅੰਸ ਹੋ ਗਏ, ਹਨਾ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ, ਉਹਨਾਂ ਨੂੰ ਰੱਖਣਾ ਚਾਹੀਦਾ ਜੇਲ੍ਹ ਦੇ ਵਿੱਚ, ਨਾਲ ਉਹਨੂੰ ਪਤਾ ਲੱਗੇ ਕਿ ਵੀ ਕਿਸੇ ਦੇ, ਹਨਾ, ਤੁਸੀਂ ਸਾਡਾ ਸਾਰਾ ਦਿਨ ਖਰਾਬ ਕੀਤਾ, ਸਾਡੀ ਸਾਨੂੰ ਕਿੰਨੀ ਪਰੇਸ਼ਾਨੀ ਆ, ਹਨਾ, ਏਦਾਂ ਨਾਈਸ ਨੀ ਹੈਗਾ, ਹਨਾ। ਮੈਂ ਕਹਿੰਦੀ ਆ ਪੁਲਿਸ ਉਹਨਾਂ ਨੂੰ ਫੜੇ, ਤਾਂ ਨਾਲੇ ਉਹਨਾਂ ਨੂੰ ਦੱਸੇ ਵੀ ਆਹ ਆਹ ਕੋਈ ਚੰਗੀ ਚੀਜ਼ ਤਾਂ ਹੈ ਨੀ ਕਿ ਕਰ ਲਿਆ, ਹਨਾ। ਹਾਂਜੀ, ਦੇਖੋ ਜਿਹੜਾ ਸਾਡੇ ਰਿਸ਼ਤੇਦਾਰਾਂ ਨਾਲ ਇਹ ਆਪਣੇ ਦੇ ਵਿੱਚ ਘਟਨਾ ਵਾਪਰੀ ਆ, ਇਹ ਸ਼ੋਪਿੰਗ ਕਰ ਰਹੇ ਸੀਗੇ ਔਰ ਦੋ ਬੀਬੀਆਂ ਆਉਣੀਆਂ ਆ, ਜਿਹੜੀ ਕਿ ਬੜੀ ਚਲਾਕੀ ਦੇ ਨਾਲ ਇਹਨਾਂ ਦੇ ਪਰਸ ਵਿੱਚੋਂ ਪੈਸੇ ਕੱਢ ਕੇ ਲੈ ਜਾਣੀਆਂ। ਦੇਖੋ ਇਹ ਸਾਡੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਿਹੜੇ ਇੱਦਾਂ ਦੇ ਲੋਕ ਆ ਇਹਨਾਂ ਦੇ ਨੱਥ ਪਾਈ ਜਾਵੇ, ਕਿਉਂਕਿ ਇਹਨਾਂ ਦੀ ਸਾਫ਼ ਜਿਹੜੀ ਤਸਵੀਰ ਆ ਸੀਸੀਟੀਵੀ ਕੈਮਰੇ ਦੇ ਵਿੱਚ ਆ ਰਹੀ ਆ, ਇਹਨਾਂ ਦੀ ਪਛਾਣ ਕਰਕੇ ਇਹਨਾਂ ਨੂੰ ਸਖ਼ਤ ਕਾਰਵਾਈ ਕੀਤੀ ਜਾਵੇ। ਦੇਖੋ ਜੇ ਇਸ ਤਰ੍ਹਾਂ ਸਾਡੇ ਦੇਸ਼ ਹੋਣ ਲੱਗਾ ਕਿ ਜਿਹੜੇ ਬਾਹਰੋਂ ਇੰਨੇ ਦੇ ਲੋਕ ਆਪਣੇ ਵਤਨ ਨੂੰ ਆਉਂਦੇ ਆ ਵੀ ਅਸੀਂ ਜਾਈਏ, ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲੀਏ ਔਰ ਇੰਜੋਏ ਕਰੀਏ, ਕੱਲ੍ਹ ਨੂੰ ਇਹ ਪੰਜਾਬ ਦੇ ਵਿੱਚ ਨਹੀਂ ਆਉਣਗੇ, ਇਸੇ ਕਰਕੇ ਜਿਹੜੇ ਸਾਡੇ ਪੰਜਾਬ ਦੇ ਲੋਕ ਵੀ ਆ ਇਹ ਬਾਹਰ ਨੂੰ ਇਹਨਾਂ ਦਾ ਜ਼ਿਆਦਾ ਝੁਕਾਅ ਆ, ਕਿਉਂਕਿ ਇੱਥੇ ਜਿਹੜੀ ਸੇਫਟੀ ਨਹੀਂ ਹੈਗੀ, ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਪੁਰਜ਼ੋਰ ਅਪੀਲ ਕਰਦੇ ਹਾਂ ਵੀ ਭਾਈ ਇਹ ਸੀਸੀਟੀਵੀ ਕੈਮਰੇ ਵਿੱਚ ਆਈਆਂ,
ਇਹਨਾਂ ਦੀ ਪਛਾਣ ਕਰਕੇ ਜਲਦੀ ਤੋਂ ਜਲਦੀ ਇਹਨਾਂ ਨੂੰ ਫੜਿਆ ਜਾਵੇ। ਕਹਿੰਦਾ ਦੇਖੋ ਜੀ ਜਿੱਦਾਂ ਦੱਸਾਂ ਪੈਸੇ ਤਾਂ ਇਹਨਾਂ ਕੋਲ ਜ਼ਿਆਦਾ ਸੀਗੇ, ਉਹ ਬੈਗ ਦੇ ਵਿੱਚ ਇਹਨਾਂ ਕੋਲ 53,000 ਰੁਪਇਆ ਜਿੱਦਾਂ ਦੱਸ ਰਹੀਆਂ 19 ਸੀਗੇ, ਉਹਨੇ ਕੱਢ ਕੇ ਲੈ ਗਏ। ਹੋ ਸਕਦਾ ਜੀ ਉਹ ਸਾਰੇ ਇੱਕ ਪਰਸ ਹੁੰਦੇ ਉਹ ਸਾਰੇ ਲੈ ਜਾਣੇ ਸੀ ਨੀ, ਇਹ ਕਰਕੇ ਚਲੋ ਪੈਸੇ ਤਾਂ ਚਲ ਗਏ, ਪਰ ਜਿਹੜਾ ਇਹਦਾ ਕੋਈ ਮੈਸੇਜ ਆਉਂਦਾ ਨਾ ਇਹ ਬਹੁਤ ਮਾੜਾ ਆ। ਐਨਆਰਆਈ ਪਰਿਵਾਰ ਆ, ਇਹ ਸਾਰਾ ਮੈਸੇਜ ਮਾੜਾ ਜਾਂਦਾ, ਇਸ ਕਰਕੇ ਜਿਹੜੇ ਐਨਆਰਆਈ ਆ ਸਾਡੇ ਇੱਥੇ ਬਹੁਤ ਘੱਟ ਆਉਣ ਨੂੰ ਤਿਆਰ ਆ, ਕਿਉਂਕਿ ਇੱਥੇ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਸੇਫ ਨਹੀਂ ਹੈਗੀ। ਅਸੀਂ ਚਮਲਾਲ, ਮੈਂ ਅਪਰਾ ਚੌਂਕੀ ਵਿੱਚ ਜਨਰਲ ਡਿਊਟੀ 'ਤੇ ਤਣਾਅ ਤਿਆ। ਇੱਕ ਅੱਜ ਸਾਡੇ ਪਾਸ ਲੇਡੀਜ਼ ਆਈ ਸੀ, ਜਸਵਿੰਦਰ ਕੌਰ, ਪਤਨੀ ਕੁਲਦੀਪ ਸਿੰਘ, ਵਾਸੀ ਭਾਗ ਸਿੰਘਪੁਰਾ ਥਾਣਾ ਫਲੌਰ, ਜਿਸਨੇ ਇੱਕ ਸਾਨੂੰ ਲਿਖਤੀ ਦਰਖਾਸਤ ਦਿੱਤੀ ਆ ਵੀ ਮੈਂ ਮਾਰਕੀਟ ਦੇ ਵਿੱਚ ਇੱਕ ਸ਼ੋਪਿੰਗ ਕਰਨ ਆਈ ਸੀਗੀ ਆਪਣੇ ਨਾਲ ਰਿਸ਼ਤੇਦਾਰਾਂ ਦੇ ਨਾਲ, ਅਤੇ ਮੇਰੇ ਨਾਲ ਇੱਕ ਪਰਸ ਵਿੱਚੋਂ ਮੇਰੇ ਪੈਸੇ ਚੋਰੀ ਹੋ ਗਏ ਆ, 63,000 ਰੁਪਇਆ। ਜਿਸ ਸੰਬੰਧੀ ਅਸੀਂ ਕੰਪਲੇਂਟ ਲੈ ਕੇ ਤਫਤੀਸ਼ ਸ਼ੁਰੂ ਕੀਤੀ ਆ, ਜੋ ਅਸੀਂ ਕੈਮਰੇ ਫੁਟੇਜ ਦੇਖੀ ਆ, 2 ਸ਼ੱਕੀ ਔਰਤਾਂ ਦੇ ਸਾਨੂੰ ਸ਼ੱਕ ਪਿਆ ਆ, ਉਹਨਾਂ ਦੀ ਅਸੀਂ ਭਾਲ ਜਾਰੀ ਕੀਤੀ ਆ, ਬਾਕੀ ਹੋਰ ਵੀ ਕੈਮਰੇ ਚੈੱਕ ਕੀਤੇ ਜਾ ਰਹੇ ਆ, ਅੱਗੇ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ।